ਆਉਣ ਵਾਲੇ ਦਿਨਾਂ ਦੇ ਵਿੱਚ 1,31,00,000 ਦੀ ਲਾਗਤ ਦੇ ਨਾਲ ਬੱਸ ਸਟੈਂਡ ਦਾ ਸ਼ੁਰੂਆਤ ਜਿਹੜਾ ਉਹ ਵੀ ਹੋਣ ਜਾ ਰਹੀ ਹੈ। ਸੋ ਪੰਜਾਬ ਭਗਵੰਤ ਮਾਨ ਜੀ ਦੀ ਅਗਵਾਈ ਦੇ ਵਿੱਚ ਪੰਜਾਬ ਦੀ ਨੁਹਾਰ ਬਦਲਣ ਦਾ ਕੰਮ ਜਿਹੜਾ ਚੱਲ ਰਿਹਾ ਹੈ, ਗਵਰਨਮੈਂਟ ਦੇ ਕੰਮ ਨੇ ਜ਼ੋਰਾਂ ਸ਼ੋਰਾਂ 'ਤੇ ਚੱਲ ਰਹੇ ਨੇ। ਕੇਂਦਰ ਦੀ BJP ਸਰਕਾਰ ਪੰਜਾਬ ਦੀ ਬਾਂਹ ਮਰੋੜਨ ਦੇ ਵਿੱਚ ਹਮੇਸ਼ਾ ਮੋਹਰੀ ਹੋ ਕੇ ਕੰਮ ਕਰਦੀ ਹੈ, ਜਿਸ ਦੇ ਤਹਿਤ ਚਾਹੇ 18,000 ਕਰੋੜ ਦੀ ਜਿਹੜੀ ਬੋਰਿੰਗ ਲਿਮਿਟ ਦੀ ਕਟੌਤੀ ਦੀ ਆਪਾਂ ਗੱਲ ਕਰ ਲਈਏ, ਪਿਛਲੇ ਤਕਰੀਬਨ 2.5 ਸਾਲ ਤੋਂ 4,000 ਕਰੋੜ ਰੁਪਏ RDF ਦਾ ਉਹ ਰੋਕ ਰੱਖਿਆ, ਹੈਲਥ ਸਕੀਮਾਂ ਦਾ ਪੈਸਾ ਜਿਹੜਾ ਉਹ ਰੋਕ ਰੱਖਿਆ ਤਕਰੀਬਨ 1,000 ਕਰੋੜ ਦੇ ਕਰੀਬ, ਜਿਹਦੀ ਵਜ੍ਹਾ ਕਰਕੇ ਉਹ ਪੰਜਾਬ ਨੂੰ ਗੋਡਿਆਂ ਭਾਰ ਕਰਨਾ ਚਾਹੁੰਦੀ ਹੈ ਮੋਦੀ ਸਰਕਾਰ। ਪਰ ਪੰਜਾਬ ਭਗਵੰਤ ਮਾਨ ਜੀ ਦੀ ਅਗਵਾਈ ਦੇ ਵਿੱਚ ਦਿਨ ਰਾਤ ਜਿਹੜੀ ਡਿਵੈਲਪਮੈਂਟ ਵਾਲੇ ਪਾਸੇ ਵੱਧ ਰਹੀ ਹੈ, ਔਰ ਇਹ ਪੈਸਾ ਸੈਂਟਰ 'ਚੋਂ ਰਿਲੀਜ਼ ਹੋ ਜਾਂਦਾ ਹੈ ਅਤੇ ਬੜੀ ਜਲਦੀ ਹੋਰ ਵੀ ਬਹੁਤ ਕੰਮ ਜਿਹੜੇ ਨਿਕਲ। ਲੋਕਤੰਤਰ ਦੇ ਵਿੱਚ ਚਾਹੇ ਰਾਜਾ ਹੋਵੇ ਅਤੇ ਚਾਹੇ ਰੰਗ ਹੋਵੇ, ਸਾਰਿਆਂ ਨੂੰ ਦਰਜਾ ਇੱਕੋ ਹੀ ਹੈ, ਵੋਟ ਸਾਰਿਆਂ ਦੀ ਇੱਕੋ ਹੀ ਹੈ, ਦੋ ਵੋਟਾਂ ਕਿਸੇ ਦੀ ਨਹੀਂ ਹੈਗੀਆਂ। ਫਿਰ ਵੀ ਇਹ ਲੋਕ ਜਿਹੜੇ ਇਹ ਸਮਝ ਬੈਠੇ ਸੀਗੇ ਕਿ ਸਾਡਾ ਜੱਦੀ ਪੁਸ਼ਤੀ ਅਸੀਂ ਰਾਜ ਭਾਗ ਕਰਾਂਗੇ, ਹੁਣ ਜੇ ਆਮ ਘਰਾਂ ਦੇ ਧੀਆਂ ਪੁੱਤਾਂ ਨੂੰ ਕੇਜਰੀਵਾਲ ਸਾਹਿਬ ਅਤੇ ਮਾਨ ਸਾਹਿਬ ਵਿਧਾਨ ਸਭਾ ਦੀਆਂ ਪੌੜੀਆਂ ਚੜ੍ਹਾ ਦੇਣਗੇ ਅਤੇ ਇਹਨਾਂ ਦੇ ਢਿੱਡ ਪੀੜ ਹੋਣੀ ਤਾਂ ਜਾਇਜ਼ ਗੱਲ ਹੈ, ਪਰ ਇਹਦੇ ਨਾਲ ਇਹਨਾਂ ਦੀ ਹਲਕੀ ਔਰ ਛੋਟੀ ਸੋਚ ਦਾ ਮੁਜ਼ਾਹਰਾ ਜਿਹੜਾ ਹੋ ਰਿਹਾ, ਜਿਹੜਾ ਕਿ ਅਤ ਨਿੰਦਣਯੋਗ ਹੈ। ਦੇਖੋ, ਇਸ ਤਰ੍ਹਾਂ ਕਿ ਲੌਂਗੋਵਾਲ ਸ਼ਹੀਦਾਂ ਦੀ ਧਰਤੀ ਹੈ ਅਤੇ ਇੱਥੇ ਲੰਬੇ ਸਮੇਂ ਤੋਂ ਪਿਛਲੇ ਸਰਕਾਰਾਂ ਦੀ ਅਣਗਹਿਲੀ ਦੀ ਵਜ੍ਹਾ ਕਰਕੇ, ਅਣਦੇਖੀ ਦੀ ਵਜ੍ਹਾ ਕਰਕੇ ਕਈ ਮਹੱਤਵਪੂਰਨ ਪ੍ਰੋਜੈਕਟ ਪੈਂਡਿੰਗ ਪਏ ਸੀਗੇ। ਜਿਸ ਦਿਨ ਦੀ ਪੰਜਾਬ ਦੇ ਵਿੱਚ ਭਗਵੰਤ ਮਾਨ ਜੀ ਦੀ ਅਗਵਾਈ ਦੇ ਵਿੱਚ ਸਾਡੀ ਸਰਕਾਰ ਬਣੀ ਹੈ, ਉਸ ਦਿਨ ਤੋਂ ਹੀ ਮੇਰੀ ਕੋਸ਼ਿਸ਼ ਸੀਗੀ ਕਿ ਵੱਡੇ ਪ੍ਰੋਜੈਕਟ ਨੇ ਉਹਨਾਂ ਨੂੰ ਪੂਰਾ ਕੀਤਾ ਜਾਵੇ, ਜਿਸ ਦੇ ਤਹਿਤ ਅੱਜ 3,96,00,000 ਦੀ ਲਾਗਤ ਦੇ ਨਾਲ ਇੱਕ ਵਰਲਡ ਕਲਾਸ ਸਟੇਡੀਅਮ ਹੈ ਜਿਹੜਾ ਉਹਦਾ ਨੀਂਹ ਪੱਥਰ ਰੱਖਿਆ। ਇਹਦੇ ਨਾਲ ਨਾਲ ਇਹਦੇ ਵਿੱਚ ਸਾਰੀਆਂ ਸਪੋਰਟਸ ਜਿਹੜੀਆਂ ਉਹ ਹੋਣਗੀਆਂ, 6 ਮਹੀਨਿਆਂ ਦੇ ਵਿੱਚ ਬਣ ਕੇ ਤਿਆਰ ਹੋ ਜਾਊਗਾ। ਔਰ ਇਸ ਤੋਂ ਇਲਾਵਾ 3,62,00,000 ਰੁਪਏ ਦੀ ਲਾਗਤ ਦੇ ਨਾਲ ਗਰਲਸ ਸੀਨੀਅਰ ਸੈਕੰਡਰੀ ਸਕੂਲ ਜਾਂ ਦੋ ਬਿਲਡਿੰਗ ਜਿਹੜੀਆਂ ਫਸਟ ਔਰ ਸੈਕਿੰਡ ਫਲੋਰ ਨੇ ਜਿਹੜੀਆਂ ਉਹਨਾਂ ਦਾ ਸ਼ੁਰੂਆਤ ਜਿਹੜਾ ਉਹ ਕਰਨ ਜਾ ਰਹੇ ਹਾਂ। ਸੋ ਇਹ ਔਰ ਆਉਣ ਵਾਲੇ ਦਿਨਾਂ ਦੇ ਵਿੱਚ 1,31,00,000 ਦੀ ਲਾਗਤ ਦੇ ਨਾਲ ਬੱਸ ਸਟੈਂਡ ਦਾ ਸ਼ੁਰੂਆਤ ਜਿਹੜਾ ਉਹ ਵੀ ਹੋਣ ਜਾ ਰਹੀ ਹੈ। ਸੋ ਪੰਜਾਬ ਭਗਵੰਤ ਮਾਨ ਜੀ ਦੀ ਅਗਵਾਈ ਦੇ ਵਿੱਚ ਪੰਜਾਬ ਦੀ ਨੁਹਾਰ ਬਦਲਣ ਦਾ ਕੰਮ ਜਿਹੜਾ ਚੱਲ ਰਿਹਾ ਹੈ, ਗਵਰਨਮੈਂਟ ਦੇ ਕੰਮ ਨੇ ਜ਼ੋਰਾਂ ਸ਼ੋਰਾਂ 'ਤੇ ਚੱਲ ਰਹੇ ਨੇ, ਔਰ ਪੂਰੀ ਠੇਕੇਦਾਰਾਂ ਨੂੰ ਔਰ ਮਹਿਕਮੇ ਦੇ ਅਧਿਕਾਰੀਆਂ ਨੂੰ ਸਖਤੀ ਨਾਲ ਹਦਾਇਤਾਂ ਦਿੱਤੀਆਂ ਕਿ 100% ਇਮਾਨਦਾਰੀ ਦੇ ਨਾਲ ਵਧੀਆ ਕੁਆਲਿਟੀ ਦਾ ਕੰਮ ਹੈ ਜਿਹੜਾ ਉਹ ਕੰਪਲੀਟ ਕਰਕੇ ਦੇਣਾ। ਸਰ, ਕਿਵੇਂ ਦੇਖਦੇ ਹੋ ਕਿ ਇੱਕ ਪਾਸੇ ਪੰਜਾਬ ਸਰਕਾਰ ਵੱਲੋਂ ਜਿਹੜਾ ਵਿਕਾਸ ਦੇ ਪ੍ਰੋਜੈਕਟ ਨੇ ਉਹ ਸ਼ੁਰੂ ਕੀਤੇ ਜਾ ਰਹੇ ਨੇ, ਤਾਂ ਦੂਜੇ ਪਾਸੇ ਜਿਹੜਾ ਕੇਂਦਰ ਸਰਕਾਰ ਵੱਲੋਂ ਜਿਹੜਾ ਰਾਜ ਦੇ ਜਿਹੜਾ ਵਿਸ਼ਵ ਪੱਧਰੀ ਕਰਜ਼ੇ ਦੇ ਵਿੱਚ ਵੱਡੀ ਕਟੌਤੀ ਹੈ ਜਿਹੜੀ ਉਹ ਕੀਤੀ ਗਈ, ਉਹ ਤੋਂ ਕਿਵੇਂ ਦੇਖਦੇ ਹੋ? ਇਸ ਤਰ੍ਹਾਂ ਕਿ ਕੇਂਦਰ ਦੀ BJP ਸਰਕਾਰ ਪੰਜਾਬ ਦੀ ਬਾਂਹ ਮਰੋੜਨ ਦੇ ਵਿੱਚ ਹਮੇਸ਼ਾ ਮੋਹਰੀ ਹੋ ਕੇ ਕੰਮ ਕਰਦੀ ਹੈ, ਜਿਸ ਦੇ ਤਹਿਤ ਚਾਹੇ 18,000 ਕਰੋੜ ਦੀ ਜਿਹੜੀ ਬੋਰਿੰਗ ਲਿਮਿਟ ਦੀ ਕਟੌਤੀ ਦੀ ਆਪਾਂ ਗੱਲ ਕਰ ਲਈਏ, ਪਿਛਲੇ ਤਕਰੀਬਨ 2.5 ਸਾਲ ਤੋਂ 4,000 ਕਰੋੜ ਰੁਪਏ RDF ਦਾ ਉਹ ਰੋਕ ਰੱਖਿਆ, ਹੈਲਥ ਸਕੀਮਾਂ ਦਾ ਪੈਸਾ ਜਿਹੜਾ ਉਹ ਰੋਕ ਰੱਖਿਆ ਤਕਰੀਬਨ 1,000 ਕਰੋੜ ਦੇ ਕਰੀਬ, ਜਿਹਦੀ ਵਜ੍ਹਾ ਕਰਕੇ ਉਹ ਪੰਜਾਬ ਨੂੰ ਗੋਡਿਆਂ ਭਾਰ ਕਰਨਾ ਚਾਹੁੰਦੀ ਹੈ ਮੋਦੀ ਸਰਕਾਰ। ਪਰ ਪੰਜਾਬ ਭਗਵੰਤ ਮਾਨ ਜੀ ਦੀ ਅਗਵਾਈ ਦੇ ਵਿੱਚ ਦਿਨ ਰਾਤ ਜਿਹੜੀ ਡਿਵੈਲਪਮੈਂਟ ਵਾਲੇ ਪਾਸੇ ਵੱਧ ਰਹੀ ਹੈ, ਔਰ ਇਹ ਪੈਸਾ ਸੈਂਟਰ 'ਚੋਂ ਰਿਲੀਜ਼ ਹੋ ਜਾਂਦਾ ਹੈ ਅਤੇ ਬੜੀ ਜਲਦੀ ਹੋਰ ਵੀ ਬਹੁਤ ਕੰਮ ਜਿਹੜੇ ਨੇਪਰੇ ਚਾੜੇ ਜਾਣਗੇ। ਪਰ ਜਿਸ ਤਰੀਕੇ ਨਾਲ ਉਹ ਆਮ ਟੂਰਿਸਟਿਕ ਟੈਕਟਿਕਸ ਅਪਣਾ ਰਹੇ ਨੇ, ਪੰਜਾਬ ਕੇਂਦਰ ਦੀਆਂ ਇਹਨਾਂ ਗਿੱਦੜ ਭੁੱਕੀਆਂ ਲੈ ਕੇ ਗੋਡੇ ਨਹੀਂ ਟੱਪੇਗਾ। ਵਿਰੋਧੀ ਧਿਰ ਦੇ ਨੇਤਾ ਵੱਲੋਂ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਦੇ ਉੱਪਰ ਸਵਾਲ ਉਠਾਏ ਗਏ ਨੇ ਕਿ ਜਿਹੜੇ ਮੋਬਾਈਲ ਰੀਚਾਰਜ ਕਰਨ ਵਾਲੇ ਸੀਗੇ ਉਹਨਾਂ ਨੂੰ ਵਿਧਾਇਕ ਬਣਾ ਦਿੱਤਾ ਗਿਆ, ਇਸ ਦੇ ਉੱਪਰ ਕੀ ਕਹਿਣਾ ਚਾਹੂੰਗੇ? ਦੇਖੋ, ਮੈਂ ਸਮਝਦਾ ਕਿ ਮੰਦਭਾਗੀ ਗੱਲ ਹੈ ਇਹ, ਇਹਦੇ ਨਾਲ ਜਿਹੜਾ ਇਹਨਾਂ ਰਵਾਇਤੀ ਪਾਰਟੀਆਂ ਦੇ ਵੱਡੇ ਲੀਡਰਾਂ ਦਾ ਜਿਹੜਾ ਫਿਊਡਲਿਸਟਿਕ ਮਾਇੰਡ ਸੈੱਟ ਹੈ, ਜਿਹੜਾ ਉਹਨਾਂ ਦਾ ਰਾਜਾ ਸ਼ਾਹੀ ਰਜਵਾੜਾ ਸ਼ਾਹੀ ਸੋਚ ਹੈ, ਉਹ ਪ੍ਰਤੀਤ ਹੁੰਦੀ ਹੈ। ਲੋਕਤੰਤਰ ਦੇ ਵਿੱਚ ਚਾਹੇ ਰਾਜਾ ਹੋਵੇ ਅਤੇ ਚਾਹੇ ਰੰਗ ਹੋਵੇ, ਸਾਰਿਆਂ ਨੂੰ ਦਰਜਾ ਇੱਕੋ ਹੀ ਹੈ, ਵੋਟ ਸਾਰਿਆਂ ਦੀ ਇੱਕੋ ਹੀ ਹੈ, ਦੋ ਵੋਟਾਂ ਕਿਸੇ ਦੀ ਨਹੀਂ ਹੈਗੀਆਂ। ਫਿਰ ਵੀ ਇਹ ਲੋਕ ਜਿਹੜੇ ਇਹ ਸਮਝ ਬੈਠੇ ਸੀਗੇ ਕਿ ਸਾਡਾ ਜੱਦੀ ਪੁਸ਼ਤੀ ਅਸੀਂ ਰਾਜ ਭਾਗ ਕਰਾਂਗੇ, ਹੁਣ ਜੇ ਆਮ ਘਰਾਂ ਦੇ ਧੀਆਂ ਪੁੱਤਾਂ ਨੂੰ ਕੇਜਰੀਵਾਲ ਸਾਹਿਬ ਅਤੇ ਮਾਨ ਸਾਹਿਬ ਵਿਧਾਨ ਸਭਾ ਦੀਆਂ ਪੌੜੀਆਂ ਚੜ੍ਹਾ ਦੇਣਗੇ ਅਤੇ ਇਹਨਾਂ ਦੇ ਢਿੱਡ ਪੀੜ ਹੋਣੀ ਤਾਂ ਜਾਇਜ਼ ਗੱਲ ਹੈ, ਪਰ ਇਹਦੇ ਨਾਲ ਇਹਨਾਂ ਦੀ ਹਲਕੀ ਔਰ ਛੋਟੀ ਸੋਚ ਦਾ ਮੁਜ਼ਾਹਰਾ ਜਿਹੜਾ ਹੋ ਰਿਹਾ ਜਿਹੜਾ ਕਿ ਅਤ ਨਿੰਦਣਯੋਗ ਹੈ। ਸਰ, ਇੱਕ ਜਿਹੜਾ ਸਟੇਡੀਅਮ ਵਾਲੀ ਜਗ੍ਹਾ ਤੇ ਦੱਸਿਆ ਜਾ ਰਿਹਾ ਕਿ 100 ਦੇ ਕਰੀਬ ਜਿਹੜੇ ਮੋਰ ਨੇਗੇ, ਕੀ ਉਹਨਾਂ ਦੇ ਮੁੜ ਵਸੇਵੇ ਦੇ ਲਈ ਕੋਈ ਪ੍ਰੋਜੈਕਟ ਲੀਕਿਆ ਜਾਵੇਗਾ? ਉਹਦੇ ਵਾਸਤੇ ਆਲਰੇਡੀ ਅਸੀਂ ਕੁਝ ਏਰੀਆ ਜਿਹੜਾ ਉਹ ਪਲਾਂਟੇਸ਼ਨ ਵਾਲਾ ਔਰ ਪੇੜਾਂ ਦਾ ਛੱਡਿਆ ਹੋਇਆ, ਤਾਂ ਕਿ ਜਿਹੜੇ ਇਹ ਮੋਰ ਨੇ ਜਾਂ ਬਾਕੀ ਪੰਛੀ ਨੇ ਉਹਨਾਂ ਨੂੰ ਵੀ ਡਿਸਪਲੇਸ ਨਾ ਕੀਤਾ ਜਾਵੇ।